मैं गरीब सच टेक तू मेरे सतगुर पूरे देख तुम्हारा दर्शनों मेरा मन तीरे सतगुरु महाराज का वचन है कि जिन्हां दे हिरदे विच किनका मातर नाम का वासा हो जाए। साहिब जी कहते जन्म मरण का गेड़ खत्म हो जाता है। जिन्हां ने सारी उम्र कीर्तन की सेवा निभाई होवे भला समझिए कैसा महान जीवन होगा। किन्निया खुशियां सतगुरु पिता महाराज दियां उन्होंने अपने जीवन में लिया। आओ शब्द ना जुड़िए कोई रिश्ता जुड़ा नहीं। मन मंदिर तन वेश कलंदर मन मंदिर तन वेश कलंदर कट ही तीरथ ना एक शब्द
Thank you.
ਜੀ ਜੰਤ ਸਭ ਸਰਨ ਤੁਮਾਰੀ ਸਰਬ ਦੇ ਜਗਤ ਪਾਸੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਦੇ ਜਗਤ ਪਾਸੇ ਜੋ ਦੁੱਧ ਪਾਵੇ ਸੋਈ ਚੰਗਾ ਨਾਨਕ ਕੀ ਅਰਦਾਸੇ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਮੋੜ ਜਨਮ ਮਾਇਆ ਇੱਕ ਸ਼ਬਦ ਮਨ ਮੰਦਰ ਤਨ ਵੇਸ ਕਲੰਦ ਮੰਦਰ ਤਨ ਵੇਸ ਕਲੰਦਰ ਕਾਠੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਮੋੜ ਜਨਮ ਮਾਇਆ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਮੇਰੇ ਪ੍ਰਾਣ ਵਸਤੇ ਮੋੜ ਜਨਮ ਮਾਇਆ ਇੱਕ ਸ਼ਬਦ ਇੱਕ ਸ਼ਬਦ ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਜੀਵਤ ਸੇ ਜੀਵਤ ਸੇ ਪਰਵਾਨ ਹੋਏ ਜੀਵਤ ਸੇ ਪਰਵਾਨ ਹੋਏ ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ ਹਰ ਕੀਰਤਨ ਜਾਗੇ ਜੀਵਤ ਸੇ ਚਮਨ ਮਾਰਨ ਨਦਿਨ ਕੋ ਜੋ ਹਰ ਲੜ ਜਾਗੇ ਚਮਨ ਮਾਰਨ ਨਦਿਨ ਕੋ ਜੋ ਹਰ ਲੜ ਸਾਧ ਸੰਗ ਜਿਨ ਪਾਇਆ
Thank you.
ਕਹਿੰਦੇ ਹਨ ਗੁਰੂ ਨੇ ਸਾਨੂੰ ਸਾਰਿਆਂ ਨੂੰ ਰਾਗੀ ਬਣਾਇਆ ਹੈ, ਸਭ ਨੂੰ ਗੁਰਬਾਣੀ ਗਾਇਨ ਅਤੇ ਸੁਣਨ ਦਾ ਬਲ ਦਿੱਤਾ ਹੈ। ਇਸੇ ਮੰਤਵ ਨਾਲ ਮਨਮੋਹਨ ਸਿੰਘ ਪੋਪਲੀ ਲਾਈਵ ਟੇਰਾ ਟੇਰਾ ਨੇ ਗੁਰਬਾਣੀ ਕੀਰਤਨ ਨੂੰ ਸਿੱਧਾ ਲਖਨਊ ਤੋਂ ਸ਼ੁਰੂ ਕਰਕੇ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਯੂਟਿਊਬ ਦੇ ਜ਼ਰੀਏ ਪਹੁੰਚਾ ਕੇ ਇੱਕ ਮੁਕਾਮ ਹਾਸਲ ਕੀਤਾ ਹੈ। ਗੁਰੂ ਇਹਨਾਂ ਦੀ ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਬਲ ਬਖਸ਼ੇ ਅਤੇ ਸੇਵਾ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।